ਵੋਟਾਂ ਵੇਖੋ ਦੋ ਜਗ੍ਹਾ ਹੀ ਪੈਣੀਆਂ, ਜਾਂ ਪੈਣੀ ਹੈ ਭਾਜਪਾ ਨੂੰ ਵੋਟ, ਜਾਂ ਪੈਣੀ ਕਾਂਗਰਸ। ਦੂਜੀਆਂ ਪਾਰਟੀਆਂ ਤੇ ਨੈਸ਼ਨਲ ਪਾਰਟੀਜ਼ ਹੈ ਨਹੀਂ, ਭਾਜਪਾ ਦਾ ਕੋਈ ਪੰਜਾਬ ਵਿੱਚ ਹੋਂਦ ਹੈ ਨਹੀਂ, ਨਾ ਇਹਨਾਂ ਨੂੰ ਕਿਸੇ ਨੇ ਮੂੰਹ ਹੀ ਲਾਉਣਾ, ਭਾਵੇਂ ਜਿੰਨੀ ਮਰਜ਼ੀ ਪਰਜ਼ੋਰ ਕੋਸ਼ਿਸ਼ ਕਰ ਲੈ। ਆ ਚੰਡੀਗੜ੍ਹ ਦਾ ਜੋ ਤੌਰ ਤਰੀਕਾ ਇਹਨਾਂ ਨੇ ਕੀਤਾ, ਸਾਰੇ ਅਫਸਰ ਆਪਣੀ ਮਰਜ਼ੀ ਦੇ ਲਾ ਦਿੱਤੇ, ਪੰਜਾਬੀ ਬੰਦ ਕਰ ਦਿੱਤੀ, ਚੰਡੀਗੜ੍ਹ ਦਾ ਧੱਕੇ ਨਾਲ ਹੀ ਕਬਜ਼ਾ ਇਹ ਭਾਜਪਾ ਵਾਲਿਆਂ ਨੇ ਪੰਜਾਬ ਦੇ ਕੋਲੋਂ ਖੋਹ ਹੀ ਲਿਆ। ਮੌਜੂਦਾ ਸਰਕਾਰ ਨੂੰ ਜਿੱਥੇ ਡਟ ਕੇ ਸਟੈਂਡ ਲੈਣਾ ਚਾਹੀਦਾ, ਉਹਦੇ ਤੇ ਗੁੰਗੇ ਬੋਲੇ ਹੀ ਹੋ ਗਏ। ਜੋ ਚੰਡੀਗੜ੍ਹ 'ਚ ਅੱਜ ਹੋ ਰਿਹਾ, ਸੈਂਟਰ ਦੀ ਸਰਕਾਰ ਕਰ ਰਹੀ ਹੈ, ਮੌਜੂਦਾ ਸਰਕਾਰ ਭਗਵੰਤ ਮਾਨ ਜੀ ਨੇ ਇੱਕ ਸ਼ਬਦ ਤੱਕ ਨਹੀਂ ਕਦੀ ਬੋਲੇ, ਨਾ ਕਦੀ ਪਾਣੀਆਂ 'ਤੇ ਕੋਈ ਗੱਲ ਕੀਤੀ, ਨਾ ਚੰਡੀਗੜ੍ਹ 'ਤੇ ਕੋਈ ਗੱਲ ਕੀਤੀ, ਨਾ ਸਾਡੀ ਮਾਂ ਬੋਲੀ ਦਾ ਕੋਈ ਜ਼ਿਕਰ ਕੀਤਾ, ਨਾ ਕਦੀ ਫੌਜੀਆਂ ਦੀ ਕੋਈ ਗੱਲ ਕੀਤੀ, ਨਾ ਕਦੀ ਕਿਸਾਨਾਂ ਦੀ ਗੱਲ ਕੀਤੀ। ਤੇ ਮੈਨੂੰ ਦੱਸੋ ਕਿਹੜੇ ਬਦਲਾਅ ਵਾਸਤੇ ਮਾਨ ਸਾਹਿਬ ਲੈ ਕੇ ਆਏ ਸੀ। ਤੋ ਇਹ ਸਾਰੀਆਂ ਚੀਜ਼ਾਂ ਤੁਹਾਡੇ ਸਾਹਮਣੇ ਨੇ। ਇੱਕ ਵਾਰ ਇਹਨਾਂ ਦਾ ਦਾ ਦੱਪਾ ਵੱਜਣਾ ਸੀ, ਵੱਜ ਗਿਆ। ਇਹਨਾਂ ਨੂੰ ਵੀ ਪਤਾ ਇਸ ਤੋਂ ਗਾਂਹ ਕਦੀ ਨਹੀਂ ਆਉਣਾ। ਤੋ ਇਸ ਗੱਲ ਕਾਰਨ ਮੈਂ ਤੁਹਾਨੂੰ ਗੁਜ਼ਾਰਿਸ਼ ਕਰਨੀ ਸਾਰੇ ਵੀਰਾਂ ਨੂੰ, ਕਾਂਗਰਸ ਵੱਲ, ਪੰਜਾਬ ਦਾ, ਪੰਜਾਬ ਦੇ ਲੋਕਾਂ ਦਾ ਧਿਆਨ ਕਾਂਗਰਸ ਵੱਲ। ਸਰ ਸਾਨੂੰ ਸਾਰਿਆਂ ਨੂੰ ਇੱਕ ਹੋ ਕੇ, ਇਕੱਠੇ ਹੋ ਕੇ ਚੱਲਣ ਦੀ ਲੋੜ। ਪਾਰਟੀ ਦਾ ਜਿਹੜਾ ਸਟੇਟ ਯੂਨਿਟ ਹੈ, ਜਿਹੜੇ ਲੋਕ ਉਹਦੇ ਮੁਤਾਬਕ ਚੱਲਣਗੇ, ਇਕੱਲੇ ਉਹੀ ਖੈਰ ਖੋਆ ਨੇ ਪੰਜਾਬ ਦੇ ਅਤੇ ਪੰਜਾਬ ਕਾਂਗਰਸ। ਮੈਂ ਇੰਨਾ ਹੀ ਕਹਿੰਦਾ ਹੋਇਆ ਸਾਰੇ ਵੀਰਾਂ ਦਾ, ਭਰਾਵਾਂ ਦਾ, ਵਿਸ਼ੇਸ਼ ਤੌਰ ਸਟੇਜ 'ਤੇ ਬੈਠੀ ਹੋਈ ਸਾਰੀ ਲੀਡਰਸ਼ਿਪ ਦਾ ਸ਼ੁਕਰਾਨਾ ਕਰਨਾ ਚਾਹੁੰਦਾ ਕਿ ਤੁਸੀਂ ਮੌਕਾ ਦਿੱਤਾ, ਆਪਣੇ ਵਿਚਾਰ ਤੁਹਾਡੇ ਨਾਲ ਰੱਖ ਸਕੀਏ। ਅਗਲੇ ਧਰਨਿਆਂ ਵਿੱਚ ਹੋਰ ਕਲੈਰਿਟੀ ਨਾ ਆਵਾਂਗੇ, ਕੁਝ ਚੀਜ਼ਾਂ ਅਜੇ ਪਰਦੇ ਵਿੱਚ ਨੇ, ਉਹਨਾਂ ਦੀ ਜਿੰਨਾ ਚਿਰ ਕਲੈਰਿਟੀ ਨਹੀਂ ਮਿਲਦੀ, ਅਸੀਂ ਵੀ ਗੱਲ ਆਪਣੀ ਡਟ ਕੇ ਗੱਲ ਕਰ ਨਹੀਂ ਸਕਦੇ। ਸਾਡੇ ਉੱਤੇ ਵੀ ਥੋੜ੍ਹਾ ਜਿਹਾ ਪਾਬੰਦੀ ਲਗਾਈ ਹੈ ਕਿ ਥੋੜ੍ਹਾ ਕੁ ਦੇਰ ਅਜੇ ਖਲੋ।